यह तस्वीर जी है तुसी देख सकते हो कि जड़े लोग हड़ां दे विच खड़े हुए ने कुछ लोग जड़े ने वह उत्थे जिथे जगह मिलती है उन्होंने बैठन की वो बैठ रहे हैं। लोग समान जरा अपना नाल लैके वो फिर रहे ने
ਸਾਡੇ ਤਿੰਨ ਪਾੜ ਪਏ ਹੋਏ ਸਰ ਜਿਹਦੇ ਨਾਲ ਪਹਿਲਾਂ ਜਿਹੜਾ ਭੈਣੀ ਮੀਲਵਾਂ ਲੱਗੇ ਪਾੜ ਪਿਆ ਸੀਗਾ ਕਿਉਂਕਿ ਇਹ ਨਾ ਪਾਣੀ ਜ਼ਿਆਦਾ ਆਉਣ ਕਰਕੇ ਰੱਸੇ ਦਾ ਕੰਟੈਕਟ ਟੁੱਟਿਆ ਹੋਇਆ ਸੀਗਾ ਕੱਲ੍ਹ ਅਸੀਂ ਉਹ ਭੈਣੀ ਮੀਲਵਾਂ ਵਾਲਾ ਪਾੜ ਸੰਗਤ ਨੇ ਪੂਰਿਆ ਉਹ ਪੂਰ ਕੇ ਉਹਨੂੰ ਕਰਕੇ ਅਤੇ ਅੱਜ ਦੀ ਕੌਲ ਇੱਥੇ ਦਿੱਤੀ ਸੀਗੀ ਔਰ ਇਹ ਵੀ ਅੱਜ ਤੁਸੀਂ ਦੇਖ ਰਹੇ ਹੋ ਕਿੰਨਾ ਪਾਣੀ ਦਾ ਵਹਾਅ ਆ ਪਰ ਸੰਗਤ ਦੇ ਅੱਗੇ ਕੁਛ ਨਹੀਂ ਹੁੰਦਾ ਔਰ ਸੰਗਤ ਨੇ ਉਹ ਦੇਖੋ ਪੰਜ ਕਈ ਕਹਿੰਦੇ ਕ੍ਰੇਟ ਲੈ ਕੇ ਆਓ ਕੋਈ ਕੁਛ ਦੱਸ ਰਿਹਾ ਸੀ ਪਰ ਸੰਗਤਾਂ ਨੇ ਆਪਣੇ ਲੱਤਾਂ ਨਾਲ ਅੱਗੇ ਕੇ ਖਲੋ ਕੇ ਅਤੇ ਉਹ ਪਾਣੀ ਦੇ ਜਿਹੜੇ ਉਹਦੇ ਬੋਰੇ ਸੀ ਮਿੱਟੀ ਦੇ ਉਹਨੂੰ ਡੱਕ ਟੱਕ ਕੇ ਅਤੇ ਉਹ ਜਿਹੜਾ ਅੱਜ 65% ਤੋਂ ਉੱਪਰ ਜਿਹੜਾ ਕੰਮ ਹੋ ਚੁੱਕਿਆ ਮੇਰੇ ਹਿਸਾਬ ਨਾਲ ਦੋਵਾਂ ਘੰਟਿਆਂ ਦੇ ਵਿੱਚ ਅਸੀਂ ਇਹ ਬੰਨ ਇਹਦਾ ਪਾੜ ਪੂਰ ਦੇਵਾਂਗੇ ਔਰ ਇੱਥੇ ਮਿੱਟੀ ਪੈਣੀ ਸ਼ੁਰੂ ਹੋ ਜੂਗੀ ਇਸ ਤੋਂ ਬਾਅਦ ਇਸ ਤੋਂ ਵੱਡਾ ਜਿਹੜਾ ਅੱਗੇ ਪਾੜ ਹੈ ਆਪਣਾ ਟਾਂਡੇ ਵਾਲਾ ਫਿਰ ਸਾਰੀ ਸੰਗਤ ਉੱਥੇ ਪਹੁੰਚੇਗੀ ਉਹਨੂੰ ਵੀ ਪੂਰੇਗੀ ਕਿੰਨੇ ਪਾੜ ਸੀ ਜਿਹੜੇ ਹੁਣ ਦੋ ਪੂਰੇ ਜਾ ਚੁੱਕੇ ਦੋ ਦੂਜੇ ਇੱਕ ਪੂਰਿਆ ਦੂਜਾ ਪੂਰ ਰਹੇ ਆ ਅਤੇ ਤੀਜੇ ਨੂੰ ਕੱਲ੍ਹ ਨੂੰ ਅਸੀਂ ਪਾਵਾਂਗੇ ਸੰਗਤ ਆਪਣੇ ਲੈਵਲ ਦੇ ਕਰ ਰਹੀਆਂ ਸੇਵਾ ਵੇਖੋ ਸੰਗਤਾਂ ਦਾ ਹੜ ਆਇਆ ਪਿਆ ਤੁਸੀਂ ਦੇਖ ਰਹੇ ਹੋ ਔਰ ਇੰਨੀ ਸੰਗਤ ਜਿਹਨੂੰ ਅਸੀਂ ਅਪੀਲ ਕਰ ਰਹੇ ਹਾਂ ਵੀ ਵੀਡੀਓ ਜਿੱਥੋਂ ਭੇਜ ਰਹੇ ਹਾਂ ਸੰਗਤਾਂ ਫੋਨ ਕਰ ਕਰਕੇ ਪੁੱਛ ਰਹੀਆਂ ਕਿਹੜੀ ਕਿੰਨੀਆਂ ਟਰਾਲੀਆਂ ਮਿੱਟੀ ਦੇ ਭਰ ਕੇ ਲਿਆਈਏ ਕਿੱਦਾਂ ਲਿਆਈਏ ਉਹ ਹੜ ਹੀ ਆ ਗਿਆ ਔਰ ਤੁਸੀਂ ਦੇਖ ਰਹੇ ਹੋ ਕੋਈ ਲੰਗਰ ਲੈ ਕੇ ਆ ਰਿਹਾ ਕੋਈ ਪਾਣੀ ਲੈ ਕੇ ਆ ਰਿਹਾ ਅਤੇ ਕੋਈ ਮਿੱਟੀ ਭਰ ਭਰ ਲੈ ਕੇ ਆ ਰਿਹਾ ਔਰ ਨੌਜਵਾਨ ਮੈਂ ਇੱਥੇ ਦੇਖਿਆ ਇੰਨੇ ਉਤਸ਼ਾਹਤ ਨੇ ਕਿ ਇੱਕ ਦੂਜੇ ਦੇ ਉੱਪਰ ਚੜ੍ਹ ਕੇ ਜਿਹੜੇ ਨੌਜਵਾਨ ਉਹ ਲੱਗੇ ਹੋਏ ਨੇ ਇਸ ਤਰ੍ਹਾਂ ਵੀ ਪਾਣੀ ਰੁਕਿਆ ਪਾੜ ਜੀ ਪਹਿਲਾਂ ਕੱਲ੍ਹ ਜਿਹੜਾ ਸੀ ਉਹਨਾਂ ਦਾ ਵਕਤ ਨਹੀਂ ਦੇ ਉਰਲੇ ਬੰਨੇ ਪਾੜ ਪਾ ਗਿਆ ਬੜਾ ਵੱਡਾ ਉਹ ਕੱਲ੍ਹ ਉਹ ਪੂਰਿਆ ਸੰਗਤਾਂ ਨੇ ਬੜਾ ਸਹਿਯੋਗ ਸੰਗਤਾਂ ਦਾ ਅਤੇ ਤਕੜੇ ਪੂਰਿਆ ਦੂਜਾ ਪੋੜ ਜਾ ਇਹ ਬਹੁਤ ਵੱਡਾ ਹੈ ਇਹਤੋਂ ਗਾੜੀ ਇੱਕ ਹੋਰ ਵਾ ਇਹਨੂੰ ਸੰਗਤਾਂ ਦੇ ਇਲਾਕਾ ਸਾਰਾ ਹੀ ਪੈ ਗਿਆ ਜਿੱਥੋਂ ਤੱਕ ਵੀ ਕਿਸੇ ਨੂੰ ਪਤਾ ਲੱਗਾ ਉਹ ਹੜ ਵਾਂਗੂ ਆ ਗਿਆ ਜੇ ਕੋਈ ਮੋਟਰਸਾਈਕਲ 'ਤੇ ਆਉਂਦਾ ਉਹ ਵੀ ਬੁਰਾ ਲੈ ਕੇ ਆਉਂਦਾ ਵਾ ਕੋਈ ਪਾਣੀ ਲੈ ਕੇ ਆਉਂਦਿਆ ਵਾ ਅਤੇ ਸਵੇਰੇ ਜਦੋਂ ਲੱਗੇ ਹਾਂ ਉਦੋਂ ਥੋੜ੍ਹਾ ਜਿਹਾ ਇਤਰਾਜ਼ ਕੀਤਾ ਅਗਲੇ ਪਿੰਡ ਵਾਲਿਆਂ ਜੇ ਨਾ ਕਰਦੇ ਹੁਣ ਉਹ ਪੂਰਿਆ ਜਾਣਾ ਸੀ ਅੱਜ ਪੂਰ ਕੇ ਗਾਂ ਸਵੇਰੇ ਮੁੜ ਕੇ ਦੂਜਾ ਪੂਰਨਾ ਸੀ ਇਹਨੇ ਨੁਕਸਾਨ ਬਹੁਤ ਕੀਤਾ ਵਾ ਇਲਾਕਾ ਜਿਹੜਾ ਇੱਧਰ ਬਹੁਤ ਪਾਣੀ ਜਿਹੜੇ ਪਾਣੀ ਡੁੱਬਣ ਡਿਆ ਭੈਣੀ ਵੀ ਅੱਖ ਤੱਕ ਪਾਣੀ ਪਹੁੰਚ ਗਿਆ ਹੁਣ ਅਤੇ ਇਸ ਕਰਕੇ ਹੁਣ ਜਿਹੜਾ ਨੁਕਸਾਨ ਇੱਥੇ ਡੰਗਰ ਦਾ ਬਹੁਤ ਮਾਲ ਦਾ ਪੱਠਾ ਕੋਈ ਲੈ ਗਿਆ ਲੋਕਾਂ ਜਿਹੜਾ ਨਲਕਾ ਗੇਰਨ ਡੇ ਨਾ ਥੱਲੇ ਉਹ ਪਾਣੀ ਗਾਰ ਹੋਣ ਡਈ ਆ ਪਾਣੀ ਦੀ ਬਹੁਤ ਲੋਕਾਂ ਨੂੰ ਮਾੜੀ ਹਾਲਤ ਵਾ ਲੋਕ ਰੁਕੇ ਆ ਡੇਰੇ ਡੇਰੀ ਬੈਠੇ ਜਾਣ ਕਿੱਥੇ ਇਸ ਕਰਕੇ ਬਹੁਤ ਹਾਲਾਤ ਮਾੜੇ ਆ ਪਰ ਇਹ ਆ ਵੀ ਸੰਗਤ ਦਾ ਸਹਿਯੋਗ ਬੜਾ ਵਾ ਸੰਗਤ ਨੇ ਜਿਹੜਾ ਉਹ ਪਾਣੀ ਨੂੰ ਨੱਥ ਪਾਤੀ ਆ ਥੋੜ੍ਹਾ ਰਹਿ ਗਿਆ ਇਹ ਦੋ ਹਿੱਸੇ ਲਗਭਗ ਪੂਰਿਆ ਗਿਆ ਇੱਕ ਹਿੱਸਾ ਰਹਿ ਗਿਆ ਉਹ ਦੋਵਾਂ ਘੰਟੇ ਤੱਕ ਪੂਰ ਦੇਣਾ